ਹੀ ਆ ਨਾ ਇੱਥੇ ਤਾਂ ਦਪਾਲ ਪਰਦੇ ਆ
ਹਸਪਤਾਲ ਬਾਜ਼ਾਰ ਕੀ ਆ ਉਧਰ ਹੀ ਆ ਗਏ ਹਾਂ ਅਸੀਂ ਓਕੇ ਫਿਰ ਆ ਜਾ
देखो ना पुराना टाइम दे उत्ते इनू किन्ना टाइम लगा होगा छोट छोटी इट्टां गिण के इना नू चिण के लाउणा बड़ा औखा जी वक्त आ है टाइम ज्यादा लगे जी हाँ जी कोई नहीं असी खाली देख रहे हैं असी जलंधर तो आपे हर एक रंग है आपे वो रंगी जो तिस भावे नानका साई गल चंगी दुपालपुर का किला जो तुहानू दिखाया पहला उहदे अंदर ही असी सारे घूमते फिरते हैं कि वार अंदर किले दे विच सारे रेजीडेंस बनी हुई बिल्डिंगा ते लोग रहिंदे आ उस दे नाल ही अद्धा किलोमीटर ते बाद नानक सर गुरद्वारा जिसनों के नानक टिब्बा भी कहा जाता ये पुरातन बिल्डिंग ढई हुई है ये लोग रह रहे ने तुसी देखते हो कि पुरातन समय के सब कुछ गुरु महाराज के शब्द लिखे हुए तो बिल्डिंगा टुटिया हुई ढकिया हुई तो फर्श उस तरह लगा हुआ मार्बल इतने तो इसकी देखभाल जी कि कोई नहीं कर रहा असी कोशिश करांगे कि इस दोबारा खिलाया जाए तो औकाफ वालों लिखती रूप के बीच दिता जाए तो सिखां नूं बेनती करदे हां कि इहो जिहा गुरधाम जिहड़े कि टठे हुए ने उन्हां वाला ख्याल किया जाए सो असीं तुहानूं होर भी इत्थे आले दुआले बड़े गुरद्वारे ने जिन्हां दे कि दर्शन करावांगे जिहड़े कि एक खंडर बने हुए ने खालसा पंथ फोटो भी खींच देंगे फेसबुक पे पा दूंगा
ਇਹ ਉਸ ਵਕਤ ਦਾ ਹਿੰਦੂਆਂ ਦਾ ਮੰਦਿਰ ਸੀ ਇਹਦੇ ਉੱਤੇ ਇੱਕ ਓਮ ਲਿਖਿਆ ਹੋਇਆ ਉਹ ਬਿਲਡਿੰਗ ਦੀ ਜਿਹੜੀ ਬਣਤਰ ਆ ਉਹ ਗੁਰਦੁਆਰੇ ਵਰਗੀ ਵਾਪਸ ਟੁੱਟ ਗਿਆ ਅੱਛਾ ਮੰਡੀ ਅੱਛਾ ਅੱਛਾ ਸਰ ਆਪਣਾ ਘਰ ਲਾਇਆ ਕਰੋ ਚੱਕਰ ਅੱਛਾ ਅੱਛਾ ਮੰਮੀ ਆ ਜਾਂਦਾ ਫਿਰ ਨਹੀਂ ਨਹੀਂ ਆਪਣਾ ਘਰ ਹੈ ਜਦੋਂ ਹਾਂਜੀ ਕੀ ਹਾਲ ਹੈ ਇੱਥੇ ਘਰ ਹੀ ਵੇਖੋ ਇੱਥੇ ਹੁਣ ਬਹੁਤ ਵੱਡੀ ਜਗ੍ਹਾ ਇਹ ਖੰਡਰ ਬਣੀ ਇੱਥੇ ਬੋਲੋ ਤੁਸੀਂ ਹਾਂਜੀ ਇੱਥੇ ਬੋਲੋ ਇੱਥੇ ਬੋਲਣਾ ਸਰ ਹਿਸਟਰੀ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੀ
ਸਾਹਿਬ ਜੀ ਇਹ ਲਿਖਿਆ ਹੋਇਆ। ਆਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵਕਤ ਅਸੀਂ ਕੋਈ 14 ਕਿਲੋਮੀਟਰ ਦੀਪਾਲਪੁਰ ਤੋਂ ਇੰਡੀਆ ਵਾਲੇ ਪਾਸੇ 'ਤੇ ਖੜ੍ਹੇ ਹਾਂ, ਜਿਹੜਾ ਜਿਸ ਦਾ ਨਾਮ ਆ, ਟਾਊਨ ਦਾ ਨਾਮ ਆ ਭੂਮਨ ਸ਼ਾਹ, ਪਿੰਡ ਦਾ ਨਾਮ ਆ। ਇਸ ਜਗ੍ਹਾ ਦੇ ਉੱਤੇ ਹਿੰਦੂਆਂ ਦੇ ਮੰਦਰ ਜੋ ਸਨ ਉਹ ਦੇਖੇ ਗਏ ਆ, ਜਿਹਦੇ ਵਿੱਚ ਕਿ ਪੁਰਾਤਨ ਟਾਈਮ ਦੀਆਂ ਇਹ ਮੂਰਤੀਆਂ ਦੇ ਪੇਂਟ ਕੀਤੇ ਹੋਏ, ਅਤੇ ਵਿੱਚ ਹੀ ਗੁਰਦੁਆਰਾ ਦੀ ਬਿਲਡਿੰਗ ਆ ਜਿਹੜੀ ਬਣੀ ਹੋਈ। ਨਿਸ਼ਾਨ ਸਾਹਿਬ ਇੱਥੇ ਨਹੀਂ ਹੈ, ਨਿਸ਼ਾਨ ਸਾਹਿਬ ਦਾ ਥੜਾ ਬਣਿਆ ਹੋਇਆ, ਅਤੇ ਆਲੇ ਦੁਆਲੇ ਦੀਆਂ ਜੋ ਬਿਲਡਿੰਗਾਂ ਨੇ ਪੁਰਾਤਨ ਢਾਈਆਂ ਹੋਈਆਂ, ਉਹਦੇ ਬਾਰੇ ਅਸੀਂ ਪੁਰਾਤਨ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਡੇ ਦੇਖਣ ਵਾਸਤੇ ਅਸੀਂ ਰਿਕਾਰਡਿੰਗ ਕਰ ਰਹੇ ਹਾਂ। ਸੋ ਜੋ ਤੁਸੀਂ ਦੇਖੋਗੇ ਕਿ ਇਸ ਜਗ੍ਹਾ ਦੇ ਉੱਤੇ ਪੁਰਾਤਨ ਸਮੇਂ ਦੇ ਵਿੱਚ ਚਿੱਤਰਕਾਰੀ ਕਿਵੇਂ ਕੀਤੀ ਗਈ ਸੀਗੀ, ਸੋ ਇਹ ਢਾਈਆਂ ਹੋਈਆਂ ਚੀਜ਼ਾਂ ਨੇ। ਵੈਸੇ ਮਹਿਕਮਾ ਕੋਸ਼ਿਸ਼ ਕਰ ਰਿਹਾ ਕਿ ਉਸ ਬਿਲਡਿੰਗ ਨੂੰ ਪੇਂਟ ਪੁੰਟ ਕਰਕੇ ਉਸਨੂੰ ਤਿਆਰ ਕੀਤਾ ਜਾਵੇ, ਕਿ ਲਾਹੌਰ ਤੋਂ ਕਾਫੀ ਦੂਰ ਸਾਈਡ 'ਤੇ ਆ, ਅਤੇ ਲਾਹੌਰ ਤੋਂ ਕਾਫੀ ਦੂਰ 'ਤੇ ਆ। ਇੱਥੇ ਸਿੱਖਾਂ ਦੀ ਕੋਈ ਆਬਾਦੀ ਨਹੀਂ, ਨਾ ਹਿੰਦੂਆਂ ਦੀ ਆਬਾਦੀ ਹੈ, ਜਿਹੜੇ ਕਿ ਇਸ ਨੂੰ ਮੇਨਟੇਨ ਕੀਤਾ ਜਾਵੇ। ਸੋ ਅਸੀਂ ਆਸ ਰੱਖਦੇ ਹਾਂ ਕਿ ਤੁਸੀਂ ਬਾਹਰ ਬੈਠੇ ਸਾਰੇ ਸਿੱਖ ਇੱਕ ਵਾਰੀ ਫਿਰ ਪਾਕਿਸਤਾਨ ਦੇ ਵਿੱਚ ਆਓਗੇ ਅਤੇ ਆ ਕੇ ਆਪਣੇ ਗੁਰਦੁਆਰਿਆਂ ਦੇ ਦਰਸ਼ਨ ਕਰੋ।
ਇੱਥੇ ਕੋਈ ਪ੍ਰੋਬਲਮ ਨਹੀਂ ਹੈ, ਲੋਕ ਬੜੇ ਮਿਲਣਸਾਰ ਨੇ, ਹਰ ਇੱਕ ਆਦਮੀ ਹੱਥ ਮਿਲਾ ਕੇ ਮਿਲਦਾ, ਇਹ ਬੜੇ ਚਾਹ ਨੂੰ ਖਾਣੇ ਨੂੰ ਹਰ ਇੱਕ ਆਦਮੀ ਕਹਿੰਦਾ ਵੀ ਸਾਡੇ ਕੋਲ ਰੋਟੀ ਖਾ ਕੇ ਜਾਓ, ਬੜੇ ਪਿਆਰ ਦੇ ਨਾਲ ਮਿਲਦੇ ਨੇ। ਅਸੀਂ ਫਿਰ ਤੁਹਾਨੂੰ ਸੁਨੇਹਾ ਦਿੰਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਆਓ, ਆਪਣੇ ਪ੍ਰਾਪਰਟੀਆਂ ਆ ਕੇ ਦੇਖੋ ਕਿ ਕਿੰਨੇ ਗੁਰਦੁਆਰੇ ਢਾਏ ਹੋਏ ਨੇ ਜਿਨ੍ਹਾਂ ਦੇ ਨਾਲ ਕਿ ਤੁਹਾਡਾ ਦਿਲ ਜੁੜਿਆ ਹੋਇਆ। ਹੁਣੇ ਤੁਹਾਨੂੰ ਪਿਛਲੇ ਵਾਰੀ ਅਸੀਂ ਦੁਪਾਲਪੁਰ ਦਾ ਕਿਲ੍ਹਾ ਦਿਖਾਇਆ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਸੀ, ਉਹਦੇ ਨਾਲ ਗੁਰਦੁਆਰੇ ਨੇ, ਉਸਦੀਆਂ ਡੇੜੀਆਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਈਆਂ ਗਈਆਂ। ਨਾਨਕਸਰ ਗੁਰਦੁਆਰਾ ਦਿਖਾਇਆ ਗਿਆ ਜਿਸ ਦੇ ਵਿੱਚ ਇਸ ਵੇਲੇ ਮੈਂ ਸੇਵਾ ਕੀਤਾ ਹੋਇਆ। ਦੂਸਰੇ ਲੋਕਾਂ ਨੇ ਲਿਖੇ ਹੋਏ ਸ਼ਬਦਾਂ ਦੀਆਂ ਉੱਕਰੀਆਂ ਹੋਈਆਂ ਲਾਈਨਾਂ ਇੱਕ ਵਾਰੀ ਦਿਲ ਨੂੰ ਟੁੰਬ ਜਾਂਦੀਆਂ ਨੇ, ਅਤੇ ਉਹ ਜ਼ਰੂਰ ਆ ਕੇ ਦੇਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।